ਆ ਦੇਖੋ ਨਾ ਸਾਰਾ ਕੁਝ ਤੁਹਾਨੂੰ ਦਿਖਾਉਂਗਾ ਕਿੰਨੀ ਵਧੀਆ ਉੱਪਰੋਂ ਕਟਿੰਗ ਕੀਤੀ ਹੋਈ ਆ ਆ ਦੇਖੋ ਸਟਾਲ ਜਿਹੜਾ ਕਿ ਡੋਸਾ ਸਮੋਸਾ 버ਗਰ ਨਿਊਡਲ ਟਿੱਕੀ ਹਰ ਇੱਕ ਆਈਟਮ ਆ ਸ਼ਾਇਦ 버ਗਰ ਨੂੰ ਛੱਡ ਕੇ 버ਗਰ ਨਹੀਂ ਇੱਧਰਲੀ ਸਾਈਡ ਤਿਆਰ ਕਰਦੇ 버ਗਰ ਤਾਂ ਨਹੀਂ ਤਿਆਰ ਕਰਦੇ ਹੈਗੇ ਕਿਉਂਕਿ ਉਹ ਹੈਗਾ 버거 किंग ਵਾਲੇ ਹੈਗੇ ਇੱਥੇ ਆ ਦੇਖੋ ਕਿ ਇੱਕ ਸਾਈਡ 버거 किंग ਵਾਲੇ ਹੈਗੇ ਤਾਂ ਫਿਰ ਇਹ ਮੈਨੂੰ ਲੱਗਦਾ 버ਗਰ ਨਹੀਂ ਤਿਆਰ ਕਰਦੇ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਸ ਅੱਜ ਮੈਂ ਤੁਹਾਨੂੰ ਫੇਰ ਇੱਕ ਨਵੀਂ ਹਵੇਲੀ ਲੈ ਕੇ ਆਇਆ ਮਾਂ ਅੱਜ ਵਾਲੀ ਹਵੇਲੀ ਹੈਗੀ ਆ ਰੋਪੜ ਵਾਲੀ ਤੇ ਵੀਡੀਓ ਨਾਲ ਬਨੇ ਰਹੋ ਤੁਹਾਨੂੰ ਉਹਨਾਂ ਰੋਪੜ ਹਵੇਲੀ ਦਾ ਪੂਰਾ ਰਿਵਿਊ ਦਊਗਾ ਤੁਸੀਂ ਚੈਨਲ ਨਾਲ ਬਨੇ ਰਹੋ ਵੀਡੀਓ ਨਾਲ ਬਨੇ ਰਹੋ ਤੇ ਚਲੋ ਪਹਿਲਾਂ ਪਸਨਾ ਅੰਦਰ ਚੱਲਦਾ ਮੈਂ ਤੁਹਾਨੂੰ ਦਿਖਾਉਣਾ ਮੈਂ ਇੱਥੇ ਕੀ ਕੀ ਕੁਝ ਹੁੰਦਾ ਵਾ ਸਾਰਾ ਕੁਝ ਰਿਵਿਊ ਦਊਗਾ ਚਲੋ ਚੱਲੀਏ ਅੰਦਰ ਇਹ ਹੈ ਗਿਆ ਨਾ ਰੋਪੜ ਵਾਲੀ ਹਵੇਲੀ ਬਹੁਤ ਜ਼ਿਆਦਾ ਫੇਮਸ ਆ ਬਹੁਤ ਦੁਨੀਆ ਤੇ ਹੁੰਦੀ ਆ ਇਸ ਹਵੇਲੀ ਵਿੱਚ ਤੇ ਸਭ ਤੋਂ ਵਧੀਆ ਗੱਲ ਤਾਂ ਇਹ ਆ ਇੱਥੇ ਪਾਰਕਿੰਗ ਵਗੈਰਾ ਦੀ ਵੀ ਫੈਸਿਲਿਟੀ ਹੈਗੀ ਆ ਔਰ ਨਾਲ ਹੀ ਇਹਦੇ 버ਗਰ ਕਿੰਗ ਆ ਆ ਦੇਖੋ ਇੱਧਰ ਪਾਰਕਿੰਗ ਦੀ ਸਪੇਸ ਬਹੁਤ ਆ ਡਬਲ ਗੱਡੀਆਂ ਕੀ ਟ੍ਰਿਪਲ ਗੱਡੀਆਂ ਲੱਗ ਜਾਂਦੀਆਂ ਨੇ ਇੱਥੇ ਨਾਲ ਹੀ KFC ਵੀ ਆ ਉੱਪਰ ਆ ਦੇਖੋ KFC ਦਾ ਬੋਰਡ ਵੀ ਲੱਗਿਆ ਹੋਇਆ ਵਾ ਤੇ ਡਰਾਈਵ ਥਰੂ ਵੀ ਹੈਗਾ ਵਾ ਤੇ ਇੱਥੋਂ ਦਾ 버거 ਕਿੰਗ ਜਿਹੜਾ ਬਣਿਆ ਹੋਇਆ ਆ ਦੇਖੋ ਇਹ ਵੀ ਬਹੁਤ ਵਧੀਆ ਬਣਿਆ ਹੋਇਆ ਵਾ ਤੇ ਡੈਕੋਰੇਟ ਬਹੁਤ ਸੋਹਣਾ ਕੀਤਾ ਹੈ ਸੀ ਇੱਥੇ 버거 ਟਿੱਕੀ ਡੋਸਾ ਚਾਟ ਹਰ ਇੱਕ ਚੀਜ਼ ਦੇ ਸਟਾਲ ਲੱਗੇ ਹੋਏ ਨੇ ਮੈਨੂੰ ਲੱਗਦਾ ਸ਼ਾਇਦ 버거 ਨਹੀਂ ਇਹ ਬਣਾਉਂਦੇ ਹੈਗੇ 버거 ਤਾਂ ਨਹੀਂ ਬਣਾਉਂਦੇ ਹੈਗੇ ਕਿਉਂਕਿ ਇੱਧਰਲੀ ਸਾਈਡ 버거 ਕਿੰਗ ਹੈਗਾ ਵਾ ਤਾਂ ਸ਼ਾਇਦ ਇਹ 버거 ਕਿੰਗ ਨਾਮ ਬਣਾਉਂਦੇ ਹਨ ਸਟਾਲ ਦੇ ਵਿੱਚ ਕਿਉਂਕਿ ਉਹ 버거 ਕਿੰਗ ਵਾਲਿਆਂ ਦਾ ਕੰਮ ਆ ਗਿਆ ਤੇ ਇਹਦੇ ਨਾਲ ਹੀ ਕਾਫੀ ਕੈਫੇ ਵੀ ਹੈਗਾ ਵਾ ਤੇ ਹਵੇਲੀ ਦੇ ਮੈਂ ਅੰਦਰ ਜਾ ਕੇ ਵੀ ਦਿਖਾਉਂਗਾ ਕੋਸ਼ਿਸ਼ ਕਰੂੰਗਾ ਕਿ ਮੈਂ ਇਸੀ ਬਲੌਗ ਦੇ ਵਿੱਚ ਪਾ ਦਮਾ ਜੇਪਕਰ ਨਹੀਂ ਇਸ ਬਲੌਗ ਦੇ ਵਿੱਚ ਪਾ ਪਾਇਆ ਤਾਂ ਮੈਂ ਨੈਕਸਟ ਬਲੌਗ ਪਾਉਂਗਾ ਜਿਸ ਵਿੱਚ انا ਪੂਰਾ ਰਿਵਿਊ ਦਊਂਗਾ ਹਵੇਲੀ ਦਾ ਵੀ ਕਿੱਥੇ ਕੀ ਕੁਝ ਮਿਲਦਾ ਵਾ ਤੇ ਆਪਾਂ ਕੀ ਕੀ ਕੁਝ ਆਰਡਰ ਕਰ ਸਕਦੇ ਆ ਇੱਥੇ ਤੱਕ ਵੀਡੀਓ ਦੇਖਣ ਲਈ ਥੈਂਕ ਯੂ